ਅੱਜ ਅਸੀਂ ਲੁਧਿਆਣਾ ਦੇ ਕਲੱਬ ਦੇ ਵਿੱਚ ਤੀਆਂ ਦਾ ਫੰਕਸ਼ਨ ਮਨਾਇਆ ਹੈ ਔਰ ਬੜੀ ਧੂਮਧਾਮ ਨਾਲ ਮਨਾਇਆ। ਇਹ ਜਿਹੜਾ ਫੰਕਸ਼ਨ ਅਸੀਂ DBA ਦੇ ਟਾਈਟਲ ਦੀ ਮਨਾਇਆ, ਅੱਜ ਬਹੁਤ ਸਾਰੀ ਕੁੜੀਆਂ ਨੇ ਬਹੁਤ ਸਾਰੇ ਪ੍ਰੋਗਰਾਮ ਕੀਤੇ ਹੈ ਐਂਡ ਆਲ ਆਰ ਹੈਪੀ। ਇਸ ਜਿਹੜਾ ਤੀਜ ਦਾ ਤਿਉਹਾਰ ਹੈ ਸਾਡੀ ਪੁਰਾਣੀ ਸੱਭਿਅਤਾ ਨੂੰ ਬਿਲੋਂਗ ਕਰਦਾ ਅਤੇ ਹੁਣ ਕਿਉਂਕਿ ਸਮੇਂ ਦੀ ਘਾਟ ਹੈ ਔਰ ਸਿਸਟਮ ਦੀ ਵੀ ਘਾਟ ਹੈ ਤਾਂ ਇਸ ਕਰਕੇ ਅਸੀਂ ਸਪੈਸ਼ਲ ਸਾਲ 'ਚ ਇੱਕ ਦੁਆਰੀ ਇਹ ਸੈਲੀਬ੍ਰੇਟ ਕਰਦੇ ਹੈ। ਆਲ ਆਰ ਇੰਜੋਇੰਗ, ਯੂ ਕੈਨ ਸੀ ਦਿਸ। ਅੱਜ ਦੇ ਫੰਕਸ਼ਨ 'ਚ ਬਹੁਤ ਸਾਰੀਆਂ ਪਰਫੋਰਮੈਂਸ ਹੈ, ਜੇ ਆਪਾਂ ਇੱਕ ਦੀ ਗੱਲ ਕਰੀਏ ਤਾਂ ਉਹ ਦੂਜੇ ਦੇ ਨਾਲ ਉਹ ਹੋਊਗੀ। ਕ੍ਰਿਸ਼ਨ ਰਾਧਿਕਾ ਦੇ ਵੀ ਆਈਟਮ ਆਈ ਹੈ ਔਰ ਸੋਲੋ ਪਰਫੋਰਮੈਂਸ ਨੇ, ਫਨ ਵੀ ਹੈ, ਗਿਫਟ ਵੀ ਹੈ, ਬੱਚਿਆਂ ਦੇ ਗਿਫਟ ਵੀ ਹੈ, ਵੱਡਿਆਂ ਦੇ ਗਿਫਟ ਵੀ ਹੈ, ਨੰਬਰ ਆਫ ਥਿੰਗਸ ਆਰ ਦੇ ਆਰ। ਇੰਜੋਏ ਦੇ ਵਿੱਚ ਬਹੁਤ ਕੁੜੀਆਂ ਇੰਜੋਏ ਕਰ ਰਹੀਆਂ ਨੇ। ਬਹੁਤ ਅੱਛੀ, ਮੈਂ ਕਹਿੰਦੀ ਆਲ ਆਰ ਲੁਕਿੰਗ ਸੋ ਗੁੱਡ। ਗਗਨ ਹੋ ਗਈ, ਰੀਮਾ ਹੋ ਗਈ, ਸੁਸ਼ਮਿਤਾ ਹੋ ਗਈ, ਜਸਵਿੰਦਰ ਮੈਡਮ ਹੋ ਗਏ, ਨੀਰੂ ਮੈਡਮ ਹੋ ਗਏ, ਕਿਸ ਕਿਸ ਕਾ ਨਾਮ ਲੁ ਇਸ ਖੂਬਸੂਰਤ ਗੁਲਸਤਾ ਮੇਂ। ਐਕਚੁਲੀ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀ ਜਿਹੜੀ ਫੀਮੇਲ ਐਡਵੋਕੇਟ ਹੈ ਉਹਨਾਂ ਨੇ ਤੀਜ ਦਾ ਤਿਉਹਾਰ ਮਨਾਇਆ, ਉਹਦੇ ਨਾਲ ਨਾਲ ਅਸੀਂ ਹੋਰ ਵੀ ਬਹੁਤ ਸਾਰੇ ਫੀਲਡ ਦੀ ਜਿਹੜੀ ਲੇਡੀਜ਼ ਆ ਉਹਨਾਂ ਨੂੰ ਇੱਥੇ ਇਨਵਾਈਟ ਕੀਤਾ। ਔਰ ਸਭ ਨੂੰ ਪਤਾ ਕਿ ਜਿਹੜਾ ਤੀਜ ਦਾ ਤਿਉਹਾਰ ਹੈ, ਜਦੋਂ ਜੂਨ ਦਾ ਮਹੀਨਾ ਬਹੁਤ ਗਰਮੀ ਦਾ ਹੁੰਦਾ ਔਰ ਉਸ ਤੋਂ ਬਾਅਦ ਆਪਾਂ ਸਾਉਣ ਦੇ ਮਹੀਨੇ ਵਿੱਚ ਆਉਂਦੇ ਹਾਂ ਜਿੱਥੇ ਕਦੀ ਧੁੱਪ ਕਦੀ ਮੀਂਹ ਅਤੇ ਮੋਰਾਂ ਦੀ ਕੂਕ ਹੈਗੀ ਹੈ, ਜਿੱਥੇ ਜਿਹੜੀ ਮੁਟਿਆਰ ਹੈ ਉਹਦੇ ਪਾਇਲਾਂ ਦੀ ਜਿਹੜੀ ਉਹਦੇ ਝਾਂਜਰਾਂ ਦੀ ਛਣਕਾਰ ਹੈਗੀ ਹੈ, ਇਹ ਸਭ ਮਤਲਬ ਇੱਕ ਖੁਸ਼ਹਾਲੀ ਦਾ ਤਿਉਹਾਰ ਹੈ। ਔਰ ਮੇਨ ਜਿਹੜਾ ਹੈਗਾ ਇਹ ਫੀਮੇਲਸ ਕਰਕੇ ਜਿਹੜੀਆਂ ਔਰਤਾਂ ਇਸ ਤਿਉਹਾਰ ਨੂੰ ਮਨਾਉਂਦੀਆਂ ਹੈਗੀਆਂ। ਔਰ ਇਹਦੇ ਨਾਲ ਇੱਕ ਪ੍ਰਥਾ ਹੋਰ ਜੁੜੀ ਹੋਈ ਹੈ, ਜਿਹੜੇ ਹਿੰਦੂ ਦੇ ਵਿੱਚ ਕਹਿੰਦੇ ਆ ਕਿ ਇਸ ਦਿਨ ਜਿਹੜੇ ਸ਼ਿਵ ਭਗਵਾਨ ਸੀ ਉਹ ਔਰ ਪਾਰਵਤੀ ਦਾ ਮਿਲਾਪ ਹੋਇਆ ਸੀਗਾ, ਪਾਰਵਤੀ ਨੇ ਬਹੁਤ ਤਪੱਸਿਆ ਕੀਤੀ ਸੀ, ਇਸੀ ਲਈ ਸਾਉਣ ਦੇ ਮਹੀਨੇ ਦੇ ਵਿੱਚ ਜੇ ਤੁਹਾਨੂੰ ਪਤਾ ਹੋਵੇ ਵੀ ਹਿੰਦੂਆਂ ਦੇ ਵਿੱਚ ਸੋਮਵਾਰ ਦੇ ਵਰਤ ਕੀਤੇ ਜਾਂਦੇ ਹਨ ਅਤੇ ਉਹ ਉਹਨਾਂ ਨੂੰ ਮਿਲੇ ਸੀਗੇ, ਇਸ ਕਰਕੇ ਇਸ ਤਿਉਹਾਰ ਦੇ ਵਿੱਚ ਪਾਰਵਤੀ ਮਾਤਾ ਨੂੰ ਤੀਜ ਮਾਤਾ ਦੇ ਨਾਮ ਦੇ ਨਾਲ ਵੀ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸ ਕਰਕੇ ਇਹ ਤਿਉਹਾਰ ਮਨਾਇਆ ਜਾਂਦਾ। ਅੱਜ ਅਸੀਂ ਸਾਰੇ ਲੇਡੀ ਐਡਵੋਕੇਟਸ ਇੱਥੇ ਤੀਆਂ ਮਨਾਉਣ ਲਈ ਇਕੱਠੇ ਹੋਏ ਹੋ, ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਬੜਾ ਰੰਗ ਜੰਮਿਆ ਹੋਇਆ, ਨੱਚ ਗਾਣਾ ਚੱਲ ਰਿਹਾ ਹੈਗਾ। ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੀਆਂ ਲੇਡੀ ਐਡਵੋਕੇਟ ਸੀਨੀਅਰ ਤੋਂ ਲੈ ਕੇ ਜੂਨੀਅਰ ਤੱਕ ਜਿੱਦਾਂ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਜੁਆਇਨ ਕੀਤੀਆਂ ਹੋਈਆਂ ਐਂਡ ਐਵਰੀ ਬਾਡੀ ਇਜ਼ ਇੰਜੋਇੰਗ ਦਿਸ ਫੈਸਟੀਵਲ। ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਅਸੀਂ ਖੁਸ਼ੀ ਭਰਿਆ ਮਾਹੌਲ ਮਨਾ ਰਹੇ ਹਾਂ, ਸਾਰੇ ਲੁਧਿਆਣਾ, ਸਾਰੇ ਪੰਜਾਬ ਅਤੇ ਸਾਰੇ ਇੰਡੀਆ 'ਚ ਇੱਦਾਂ ਖੁਸ਼ੀਆਂ ਭਰੇ ਮਾਹੌਲ ਬਣੇ ਰਹਿਣ ਅਤੇ ਲੋਕ ਇੱਦਾਂ ਹੀ ਇੰਜੋਏ ਕਰਦੇ। ਵਿਸ਼ ਯੂ ਆਲ ਦਾ ਬੈਸਟ। ਜਿੱਦਾਂ ਅਸੀਂ ਪ੍ਰੋਗਰੈਸ ਕਰ ਰਹੇ ਹਾਂ, ਜਿੱਦਾਂ ਅਸੀਂ ਆਪਣੇ ਇੰਨੇ ਐਡਵਾਂਸ ਸਟੇਜ ਵੀ ਹੋ ਕੇ ਆਪਣੇ ਪੁਰਾਣੇ ਕਲਚਰ ਨੂੰ ਨਹੀਂ ਭੁੱਲ ਰਹੇ, ਇੱਦਾਂ ਕੋਈ ਵੀ ਆਪਣੇ ਪੁਰਾਣੇ ਕਲਚਰ ਨੂੰ ਨਾ ਭੁੱਲੇ ਅਤੇ ਇੰਜੋਏ ਕਰੇ।